ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜਿਨ੍ਹਾਂ ਦੀ ਮਜ਼ਾਰ ਦਰਬਾਰ ਵਾਕਿਆ ਸ਼੍ਰੀ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਵਿਖੇ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਸਾਹਿਬ ਦੀ ਸਮਾਧ ਨੇੜੇ ਵਾਕਿਆ ਹੈ, ਜਿੱਥੇ ਸ਼ਰਧਾਲੂ ਸੰਗਤਾਂ ਰੋਜ਼ਾਨਾ ਦਰਸ਼ਨਾਂ ਲਈ ਆਉਂਦੀਆਂ ਹਨ। ਯਾਦ ਰਹੇ ਕਿ ਜਿਹੜਾ ਵੀ ਵਿਅਕਤੀ ਬਾਬਾ ਗੁਰਦਿੱਤਾ ਜੀ ਦੀ ਸਮਾਧ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਂਦਾ ਹੈ, ਉਹ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਮਜ਼ਾਰ ਦਰਬਾਰ 'ਤੇ ਜਾ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਉਂਦਾ ਹੈ। ਧੰਨ ਬਾਬਾ ਗੁਰਦਿੱਤਾ ਜੀ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤ ਪ੍ਰੇਮੀਆਂ ਦੀ ਤੀਰਥ ਯਾਤਰਾ ਤਾਂ ਹੀ ਸੰਪੂਰਨ ਸਮਝੀ ਜਾਂਦੀ ਹੈ ਜਦੋਂ ਉਹ ਸ਼ਰਧਾਲੂ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੇ ਦਰਬਾਰ 'ਤੇ ਜਾ ਕੇ ਵੀ ਮਸਤਕ ਝੁਕਾਵੇ। ਬਾਬਾ ਗੁਰਦਿੱਤਾ ਜੀ ਦਾ ਇਤਿਹਾਸ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੇ ਨਾਲ ਜੁੜਿਆ ਹੋਇਆ ਹੈ। ਇੱਥੇ ਇਹ ਬਾਤ ਢੁੱਕਦੀ ਵੀ ਹੈ ਅਤੇ ਸੱਚੀ ਵੀ ਹੈ ਕਿ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਹੀ ਦਿਨ ਪਹਿਲਾਂ ਉਹਨਾਂ ਨੂੰ ਕਹੀ ਸੀ ਕਿ ਇਹ ਜਗ੍ਹਾ ਵੀ ਤੇਰੀ ਅਤੇ ਮੈਂ ਵੀ ਤੇਰਾ। ਇਸ ਲਈ ਸਪੱਸ਼ਟ ਹੈ ਕਿ ਬਾਬਾ ਗੁਰਦਿੱਤਾ ਜੀ ਅਤੇ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ 'ਚ ਤੇਰਮੇਰ ਨਹੀਂ, ਦੋਨਾਂ 'ਚ ਕੋਈ ਤੇਰਮੇਰ ਨਹੀਂ ਸੀ, ਸਗੋਂ ਦੋਨੋਂ ਹੀ ਮਹਾਨ ਤਪੱਸਵੀ ਅਤੇ ਮਹਾਨ ਸ਼ਖਸੀਅਤਾਂ ਹੋਈਆਂ ਹਨ, ਜਿਨ੍ਹਾਂ ਦੇ ਦਰਾਂ 'ਤੇ ਮਸਤਕ ਝੁਕਾ ਕੇ ਮੂੰਹ ਮੰਗੀਆਂ ਮੁਰਾਦਾਂ ਪਾਉਣ ਵਾਲੀਆਂ ਸ਼ਰਧਾਲੂ ਸੰਗਤਾਂ ਦਾ ਰੋਜ਼ਾਨਾ ਹੀ ਤਾਂਤਾ ਲੱਗਿਆ ਰਹਿੰਦਾ ਹੈ। ਬਾਬਾ ਗੁਰਦਿੱਤਾ ਜੀ ਦੀ ਸ਼ਖਸੀਅਤ ਨੂੰ ਮੁੱਖ ਰੱਖਦਿਆਂ ਇਹ ਪ੍ਰਤੱਖ ਹੈ ਕਿ ਹਰ ਜ਼ਬਾਨ 'ਤੇ ਹੈ ਦੀਨ ਦੁਨੀਆ ਦਾ ਟਿੱਕਾ, ਜੋ ਵਰ ਮੰਗਦਾ ਸੋ ਵਰ ਦਿੱਤਾ, ਧੰਨ ਧੰਨ ਬਾਬਾ ਗੁਰਦਿੱਤਾ। ਇਹ ਗੱਲ ਸਪੱਸ਼ਟ ਹੈ ਕਿ ਇਸ ਦਰ 'ਤੇ ਜਿਸ ਨੇ ਵੀ ਆ ਕੇ ਜੋ ਵਰ ਮੰਗਿਆ ਹੈ ਉਸ ਦੀਆਂ ਮਨੋਕਾਮਨਾ ਪੂਰੀਆਂ ਹੋਈਆਂ ਅਤੇ ਹੋਈ ਵੀ ਜਾ ਰਹੀਆਂ ਹਨ। ਹਕੀਕਤ ਵਿੱਚ ਪੀਰ ਬਾਬਾ ਬੁੱਢਣ ਸ਼ਾਹ ਬਗਦਾਦ ਦੇ ਰਹਿਣ ਵਾਲੇ ਸਨ, ਜਿੱਥੇ ਉਹਨਾਂ ਦਾ ਜਨਮ ਅਸਥਾਨ ਹੈ। 13 ਸਾਲ ਦੀ ਉਮਰ 'ਚ ਬਾਬਾ ਗੁਰਦਿੱਤਾ ਜੀ ਦੇ ਡੇਰੇ, ਜਿੱਥੇ ਅੱਜ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਸਾਈਂ ਜੀ ਉੱਥੇ ਆਏ। ਆਉਂਦਿਆਂ ਹੀ ਇਕਾਂਤ ਜਗ੍ਹਾ ਦੇਖ ਕੇ ਉਹਨਾਂ ਦਾ ਮਨ ਬਹੁਤ ਲੱਗਾ ਅਤੇ ਉਹ ਤਪੱਸਿਆ ਵਿੱਚ ਮਗਨ ਹੋ ਗਏ। ਉੱਥੋਂ ਖੁਦਾਵੰਤ ਕਰੀਮ ਅੱਲਾਹ ਤਾਲਾ ਰੱਬ ਨੇ ਸਾਈਂ ਜੀ ਨੂੰ 3 ਬੱਕਰੀਆਂ ਭੇਜੀਆਂ। ਸਾਈਂ ਜੀ ਬੱਕਰੀਆਂ ਚਾਰਨ ਲੱਗੇ। ਦਿਨ ਬ ਦਿਨ ਬੱਕਰੀਆਂ ਦੀ ਗਿਣਤੀ ਵੱਧਦੀ ਗਈ। ਸਾਈਂ ਜੀ ਰੱਬ ਦੀ ਭਗਤੀ ਵਿੱਚ ਜੁੱਟ ਗਏ ਅਤੇ ਕਈ ਕਈ ਦਿਨ ਤਪੱਸਿਆ ਵਿੱਚ ਰੁੱਝੇ ਰਹਿੰਦੇ। ਉਹਨਾਂ ਦੇ ਮਨ 'ਚ ਆਇਆ ਕਿ ਕੀ ਮੈਂ ਅੱਲਾਹ ਤਾਲਾ ਦੀ ਬੰਦਗੀ ਕਰਾਂ ਜਾਂ ਬੱਕਰੀਆਂ ਚਾਰਾਂ। ਇਸ ਲਈ ਜਿਹਨੇ ਬੱਕਰੀਆਂ ਭੇਜੀਆਂ ਹਨ ਉਹੀਓ ਖੁਦਾਵੰਤ ਕਰੀਮ ਬੱਕਰੀਆਂ ਚਾਰਨ ਦਾ ਵੀ ਖੁਦ ਪ੍ਰਬੰਧ ਕਰੇ। ਬਸ ਫਿਰ ਕੀ ਸੀ, ਉੱਥੇ ਹੀ ਜੰਗਲ ਦਾ ਰਾਜਾ ਇੱਕ ਸ਼ੇਰ ਅਤੇ ਇੱਕ ਕੁੱਤਾ ਸਾਈਂ ਜੀ ਦੀਆਂ ਬੱਕਰੀਆਂ ਚਰਾਉਣ ਲੱਗ ਪਏ ਅਤੇ ਸਾਈਂ ਜੀ ਤਪੱਸਿਆ ਵਿੱਚ ਜੁੱਟ ਗਏ। ਹੈਰਾਨਗੀ ਦੀ ਗੱਲ ਹੈ ਕਿ ਸ਼ੇਰ ਤਾਂ ਬੱਕਰੀਆਂ ਖਾਣ ਵਾਲਾ ਵੱਡਾ ਸ਼ਿਕਾਰੀ ਹੈ, ਪਰ ਉਹ ਖੁਦ ਬੱਕਰੀਆਂ ਦੀ ਰਖਵਾਲੀ ਕਰਨ ਲੱਗਾ। ਇਹ ਸਾਈਂ ਜੀ ਦੀ ਬੰਦਗੀ ਦਾ ਚਮਤਕਾਰ ਸੀ ਕਿ ਸ਼ੇਰ ਅਤੇ ਕੁੱਤਾ ਦੋਨੋਂ ਰਲ ਕੇ ਬਾਬਾ ਬੁੱਢਾ ਸ਼ਾਹ ਜੀ ਦੀਆਂ ਬੱਕਰੀਆਂ ਖੁਦ ਚਰਾਉਂਦੇ ਰਹੇ, ਜੋ ਨਾਮੁਮਕਿਨ ਬਾਤ ਨੂੰ ਮੁਮਕਿਨ ਬਣਾਏ ਜਾਣ ਦੀ ਇੱਕ ਮਿਸਾਲ ਹੈ। ਸਾਈਂ ਜੀ ਭਗਤੀ ਵਿੱਚ ਲੀਨ ਹੋ ਗਏ ਅਤੇ ਤਪੱਸਿਆ ਕਰਨ ਵਿੱਚ ਰੁੱਝੇ ਰਹਿੰਦੇ। ਉਹਨਾਂ 775 ਸਾਲ ਭਾਰੀ ਤਪੱਸਿਆ ਕੀਤੀ। ਉਸ ਸਮੇਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਹਰਿਦੁਆਰ ਵਿਖੇ ਸੁਸ਼ੋਭਿਤ ਸਨ, ਤਾਂ ਉਹਨਾਂ ਪਾਸ ਇੱਕ ਵਿਅਕਤੀ ਆਪਣੀ ਲੜਕੀ ਨਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ, ਜਿਸ ਦੀ ਫਰਿਆਦ ਸੁਣਦਿਆਂ ਹੀ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ
ਵੇਖਿਆ ਕਿ ਕੀਰਤਪੁਰ ਸਾਹਿਬ ਵਿਖੇ ਬੜੇ ਹੀ ਚਿਰਾਂ ਤੋਂ ਇੱਕ ਪ੍ਰੇਮੀ ਉਹਨਾਂ ਨੂੰ ਯਾਦ ਕਰ ਰਿਹਾ ਹੈ। ਕੋਲ ਬੈਠੇ ਵਿਅਕਤੀਆਂ ਨੇ ਪੁੱਛਿਆ ਕਿ ਇੰਨੀ ਦੂਰ ਤੁਹਾਨੂੰ ਕੌਣ ਯਾਦ ਕਰ ਰਿਹਾ ਹੈ? ਤਾਂ ਬਾਬਾ ਬੁੱਢਣ ਸ਼ਾਹ ਜੀ ਦਾ ਨਾਮ ਲੈ ਕੇ ਆਪ ਨੇ ਕੀਰਤਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਜਦੋਂ ਸਾਈਂ ਜੀ 671 ਸਾਲ ਦੇ ਹੋ ਗਏ ਤਾਂ ਅਚਾਨਕ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਥੇ ਆਏ ਜਿੱਥੇ ਸਾਈਂ ਜੀ ਤਪੱਸਿਆ ਕਰ ਰਹੇ ਸਨ। ਜਿਉਂ ਹੀ ਸਾਈਂ ਜੀ ਦੀ ਸਮਾਧੀ ਖੁੱਲ੍ਹੀ ਤਾਂ ਵੇਖਿਆ ਕਿ ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ ਦੋ ਸਾਥੀ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਬੜੇ ਸਡੋਲ ਸੁਸ਼ੋਭਿਤ ਹਨ। ਸਾਈਂ ਜੀ ਨੇ ਉਹਨਾਂ ਦੀ ਆਓ ਭਗਤ ਕੀਤੀ ਅਤੇ ਬੱਕਰੀਆਂ ਦਾ ਤਾਜ਼ਾ ਦੁੱਧ ਚੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਪੀਣ ਲਈ ਭੇਟ ਕੀਤਾ ਅਤੇ ਕਿਹਾ ਕਿ ਇਹੋ ਕੁਝ ਹੀ ਅਸੀਂ ਖੁਦ ਪੀਂਦੇ ਹਾਂ ਅਤੇ ਤੁਸੀਂ ਵੀ ਮੇਰਾ ਇਹ ਦੁੱਧ ਪ੍ਰਵਾਨ ਕਰੋ। ਜਦ ਗੁਰੂ ਜੀ ਅੱਗਿਓਂ ਬੋਲੇ ਕਿ ਅਸੀਂ ਅੱਜ ਤਾਂ ਨਹੀਂ ਪੀਵਾਂਗੇ, ਅਸੀਂ ਅੱਜ ਤ੍ਰਿਪਤ ਹੋ ਕੇ ਆਏ ਹਾਂ ਅਤੇ ਤੇਰਾ ਇਹ ਦੁੱਧ ਨਹੀਂ ਪੀਣਾ, ਤਾਂ ਸਾਈਂ ਜੀ ਨੇ ਫਿਰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮੇਰਾ ਇਹ ਦੁੱਧ ਮੇਰੀ ਸ਼ਰਧਾ ਹੈ, ਇਸ ਲਈ ਮੇਰੀ ਸ਼ਰਧਾ ਨੂੰ ਸਵੀਕਾਰ ਕਰੋ, ਨਹੀਂ ਤਾਂ ਮੇਰੀ ਸ਼ਰਧਾ ਟੁੱਟ ਜਾਣੀ ਹੈ। ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਿ ਸ਼ਰਧਾ ਤਾਂ ਸ਼ਰਧਾ ਹੀ ਬਣੀ ਰਹੇਗੀ, ਪਰ ਇਹ ਦੁੱਧ ਅੱਜ ਨਹੀਂ ਪੀਣਾ, ਸਗੋਂ ਛੇਵੇਂ ਜਾਮੇ ਵਿੱਚ ਆ ਕੇ ਜ਼ਰੂਰ ਪੀਵਾਂਗੇ, ਇਹ ਸਾਡੀ ਅਮਾਨਤ ਹੈ, ਸਾਈਂ ਜੀ ਇਸ ਨੂੰ ਸਾਂਭ ਕੇ ਰੱਖਿਓ। ਸਾਈਂ ਜੀ ਕਹਿਣ ਲੱਗੇ ਛੇਵੇਂ ਜਾਮੇ ਤੱਕ ਤਾਂ ਉਹਨਾਂ ਨੂੰ ਸੁੱਧ ਬੁੱਧ ਹੀ ਨਹੀਂ ਰਹਿਣੀ, ਪਰ ਬਾਬਾ ਬੁੱਢਣ ਸ਼ਾਹ ਜੀ ਨਾਲ ਗੁਰੂ ਸਾਹਿਬ ਇਹ ਬਚਨ ਕਰਕੇ ਮਰਦਾਨੇ ਨੂੰ ਆਪਣੇ ਨਾਲ ਲੈ ਕੇ ਚਲੇ ਗਏ। ਬਾਬਾ ਬੁੱਢਣ ਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਇਸ ਅਮਾਨਤ ਨੂੰ ਆਪਣੇ ਧੂਣੇ ਵਿੱਚ ਧੂਣੇ ਨੂੰ ਇਹ ਆਖ ਕੇ ਦਬਾ ਦਿੱਤਾ ਕਿ ਇਹ ਅਮਾਨਤ ਧੰਨ ਨਿਰੰਕਾਰ ਗੁਰੂ ਨਾਨਕ ਸਾਹਿਬ ਦੀ ਹੈ। ਇਤਿਹਾਸਕਾਰਾਂ ਮੁਤਾਬਕ ਉਸ ਸਮੇਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁੱਕੀ ਸੀ। ਸਮਾਂ ਬੀਤਦਾ ਗਿਆ ਅਤੇ ਆਖਿਰਕਾਰ ਛੇਵੀਂ ਪਾਤਸ਼ਾਹੀ ਦਾ ਸਮਾਂ ਵੀ ਆ ਗਿਆ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਆਏ ਅਤੇ ਗੁਰੂ ਨਾਨਕ ਦੇਵ ਜੀ ਵੱਲੋਂ ਰੱਖੀ ਗਈ ਅਮਾਨਤ ਮੰਗ ਲਈ। ਬਾਬਾ ਬੁੱਢਣ ਸ਼ਾਹ ਜੀ ਨੇ ਧੂਣੇ ਵਿੱਚ ਰੱਖਿਆ ਦੁੱਧ 121 ਸਾਲ ਬਾਅਦ ਕੱਢਿਆ ਤਾਂ ਉਹ ਗੁਰੂ ਸਾਹਿਬ ਜੀ ਛੇਵੇਂ ਪਾਤਸ਼ਾਹ ਜੀ ਨੂੰ ਦਿੱਤਾ ਅਤੇ ਛੇਵੇਂ ਪਾਤਸ਼ਾਹ ਜੀ ਨੇ ਇਹ ਦੁੱਧ ਪੀਤਾ ਅਤੇ ਇਹ ਵੇਖ ਕੇ ਬਾਬਾ ਬੁੱਢਣ ਸ਼ਾਹ ਜੀ ਬਹੁਤ ਖੁਸ਼ ਹੋਏ। ਕੀਰਤਪੁਰ ਸਾਹਿਬ 'ਚ ਹੀ ਬਾਬਾ ਬੁੱਢਣ ਸ਼ਾਹ ਜੀ ਦੇ ਅੰਤਿਮ ਸਾਹ ਲਏ ਅਤੇ ਇੱਥੇ ਹੀ ਬਾਬਾ ਗੁਰਦਿੱਤਾ ਜੀ ਨੇ ਉਹਨਾਂ ਨੂੰ 1643 ਨੇ ਉਹਨਾਂ ਨੂੰ ਦਫਨਾ ਕੇ ਦਰਗਾਹ ਬਣਾਈ ਅਤੇ ਇਸ ਸਥਾਨ 'ਤੇ ਮੁਸਲਮਾਨ ਹੀ ਨਹੀਂ ਸਿੱਖ ਵੀ ਪੂਰੀ ਸ਼ਰਧਾ ਭਾਵਨਾ ਨਾਲ ਸੀਸ ਨਿਭਾਉਂਦੇ ਹਨ।